ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਆਪਣਾ ਮਾਰਗ ਦਰਸ਼ਨ ਕਰਦੇ ਨੇ। ਮਾਰਗ ਦਰਸ਼ਨ ਕਰਦੇ ਹੋਏ ਆਪਾਂ ਨੂੰ ਸਮਝਾ ਰਹੇ ਨੇ ਮਾਲਕ ਦਾ ਖੇਲ। ਜਿਹੜਾ ਮਾਲਕ ਨੇ ਖੇਲ ਸ਼ੁਰੂ ਕੀਤਾ, ਉਹ ਖੇਲ ਗੁਰਬਾਣੀ ਦੇ ਰਾਹੀਂ ਸਾਨੂੰ ਗੁਰੂ ਸਾਹਿਬਾਨ ਭਗਤ ਜਨ ਸਮਝਾ ਗਏ। ਉਹ ਜੋ ਖੇਡ ਮਾਲਕ ਨੇ ਸ਼ੁਰੂ ਕੀਤਾ ਹੈ, ਉਹ ਆਉਣ ਜਾਣ ਦਾ ਖੇਲ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਹ ਜਿਹੜਾ ਖੇਲ ਰਚਿਆ ਹੈ, ਉਸਨੂੰ ਗੁਰਬਾਣੀ ਦੇ ਵਿੱਚ ਕਹਾਣੀ ਕਿਹਾ ਹੈ। ਕੀ ਕਿਹਾ ਜੀ? ਕਹਾਣੀ ਵੀ ਕਿਹਾ ਹੈ। ਉਹਨੂੰ ਕਹਿੰਦੇ ਨੇ ਅਕਥ ਕਹਾਣੀ। ਮਹਾਰਾਜ ਕਹਿੰਦੇ ਇਹਨੂੰ ਕੋਈ ਵਿਰਲਾ ਹੀ ਬੁੱਝੇਗਾ। ਅਕਥ ਕਹਾਣੀ ਪਰ ਨਿਰਬਾਣੀ ਕੋਈ ਵਿਰਲਾ ਗੁਰਮੁਖ ਬੁੱਝੇ। ਉਹ ਆਪ ਗਵਾਏ ਸ਼ਬਦ ਸਮਾਏ, ਤ੍ਰੈ ਭਵਨ ਸੋਜੀ ਸੁਝੇ। ਉਹ ਆਪਣਾਪਨ ਜਿਹੜਾ ਹੈ, ਮਨ ਦੀ ਮਤ, ਉਹਨੂੰ ਛੱਡ ਕੇ ਸ਼ਬਦ ਵਿੱਚ ਸਮਾ ਜਾਂਦਾ। ਮਨ ਆਪਣੀ ਮਤ ਛੱਡ ਕੇ, ਗੁਰੂ ਦੀ ਮਤ ਲੈ ਕੇ ਸ਼ਬਦ ਵਿੱਚ, ਅਨਹਦ ਸ਼ਬਦ ਵਿੱਚ ਸਮਾ ਜਾਂਦਾ, ਨਾਮ ਵਿੱਚ ਸਮਾ ਜਾਂਦਾ। ਅਤੇ ਉਹਨੂੰ ਫਿਰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ। ਸੋਝੀ ਮੀਨਸ ਗਿਆਨ, ਸੋਝੀ ਦਾ ਮਤਲਬ ਗਿਆਨ ਹੋ ਜਾਂਦਾ ਤਿੰਨਾਂ ਲੋਕਾਂ ਦਾ। ਅਤੇ ਹੁਣ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਅਕਥ ਕਹਾਣੀ, ਅਤੇ ਇਹਨੂੰ ਗੁੱਝੀ ਕਥਾ ਵੀ ਕਿਹਾ ਗਿਆ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਨਾ, ਬੜਾ ਗੁੱਝਾ ਭੇਦ, ਕੀ ਕਹਿ ਦਿੰਦੇ, ਉਹਨੂੰ ਗੂਝ ਕਥਾ ਗੁਰਬਾਣੀ ਵਿੱਚ ਕਿਹਾ ਗਿਆ। ਉਹਨੂੰ ਨਿਰਗੁਣ ਦੀ ਕਥਾ ਕਿਹਾ ਗਿਆ। ਨਿਰਗੁਣ ਦੀ ਕਥਾ ਕਿਹਾ ਗਿਆ ਇਸ ਲਈ ਕਿ ਉਹ ਖੁਦ ਨਿਰੰਕਾਰ ਆ, ਉਹ ਖੁਦ ਨਿਰੰਕਾਰ। ਅਤੇ ਜਿਹਨੇ ਖਿਡਾਰੀ ਨੇ ਖੇਡ ਖੇਡਣਾ, ਆਵਣ ਜਾਣ ਇੱਕ ਖੇਲ ਬਣਾਇਆ, ਉਹ ਖਿਡਾਰੀ ਜਿਹੜਾ ਹੈ, ਉਹ ਹੈ ਮਾਲਕ ਦਾ ਬੱਚਾ। ਕੌਣ? ਮਨ। ਕੌਣ ਬੱਚਾ? ਮਾਲਕ ਦਾ ਮਨ। ਆਹ ਜਿਹੜੇ ਤਨ ਤੌਰ 'ਤੇ ਸਾਡੇ ਮਾਂ ਪਿਓ ਨੇ, ਸਾਡਾ ਸਰੀਰ ਤਨ ਦਿਸਦਾ ਹੈ, ਮਾਸ ਦਾ ਹੈ, ਚਮ ਦਾ। ਇਹਦੇ ਜਿਹੜੇ ਮਾਤਾ ਪਿਤਾ ਜਿਹਨਾਂ ਦੇ ਘਰੇ ਆਪਾਂ ਜਨਮ ਲੈਂਦੇ ਹਾਂ, ਉਹ ਸਾਡੇ ਦ੍ਰਿਸ਼ਮਾਨ ਮਾਤਾ ਪਿਤਾ ਨੇ। ਕੌਣ ਨੇ ਜੀ? ਦ੍ਰਿਸ਼ਮਾਨ। ਲੇਕਿਨ ਮਾਲਕ ਅਦਿੱਖ ਹੈ, ਨਿਰੰਕਾਰ ਹੈ। ਉਹਦਾ ਜਿਹੜਾ ਪਰਿਵਾਰ ਹੈ, ਉਹ ਵੀ ਅਦਿੱਖ ਹੈ। ਉਸ ਪਰਿਵਾਰ ਦੇ ਮੈਂਬਰਾਂ ਦੇ ਨਾਂ ਗੁਰਬਾਣੀ ਵਿੱਚ ਦੱਸੇ ਗਏ ਨੇ। ਮਾਲਕ ਦਾ ਇੱਕ ਪਾਰਟ ਹੈ, ਹਿੱਸਾ ਹੈ ਆਤਮਾ। ਦਿਸਦੀ ਹੈ ਜੀ? ਆਮ ਜੀਵਾਂ ਨੂੰ ਤਾਂ ਨਹੀਂ ਦਿਸਦੀ। ਦੂਸਰਾ ਮੈਂਬਰ ਹੈ, ਜਿਹਨਾਂ ਦੀ ਡਿਊਟੀ ਲੱਗੀ ਇਸ ਖੇਡ ਵਿੱਚ, ਜਿਹਨੇ ਖੇਡ ਖੇਡਣਾ, ਉਹ ਹੈ ਮਨ। ਮਨ ਦੇਖਿਆ ਜੀ? ਨਹੀਂ ਦੇਖਿਆ। ਕੀ ਦੇਖਿਆ? ਆ ਚਮ ਦੇਖਦੇ ਆ, ਆ ਚਿਹਰਾ ਸਾਰਾ ਮੜਿਆ ਹੋਇਆ ਚਮ 'ਚ, ਅੱਖਾਂ ਤਾਂ ਅੱਖਾਂ ਲੱਗੀਆਂ ਨੇ, ਸਾਰਾ ਲਾ ਕੇ ਇਹ ਚਮ ਨੂੰ ਦੇਖਦੇ ਆ। ਮਨ ਦੇਖਿਆ ਜੀ? ਨਹੀਂ ਦੇਖਿਆ। ਕਿਉਂਕਿ ਮਾਲਕ ਅਦਿੱਖ, ਆਤਮਾ ਅਦਿੱਖ ਅਤੇ ਮਨ ਵੀ ਅਦਿੱਖ। ਉਸ ਤੋਂ ਅੱਗੇ ਧਰਮ ਰਾਏ, ਗੁਰਬਾਣੀ 'ਚ ਦੱਸਿਆ ਵੀ ਹੈਗਾ, ਧਰਮ ਰਾਏ ਨੂੰ ਹੁਕਮ ਹੈ, ਮੈਂ ਸੱਚ ਧਰਮ ਕਰੇ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਗਾਵੈ ਦੁੱਧ ਨੂੰ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਧਰਮ ਰਾਏ ਵੀ ਹੈ, ਕਿਸੇ ਨੇ ਦੇਖਿਆ ਜੀ? ਗੁਰਬਾਣੀ ਕਹਿੰਦੀ ਹੈਗਾ, ਜਿਹਦੇ ਕੋਲ ਸਾਡਾ ਹਿਸਾਬ ਕਿਤਾਬ ਆ ਸਵਾਸਾਂ ਦਾ, ਉਹ ਵੀ ਅਦਿੱਖ। ਜਿਹਨੇ ਮਨ ਦੀ CID ਕਰਨੀ ਹੈ, ਰਿਪੋਰਟ ਲੈਣੀ ਹੈ, ਗੁਪਤ ਰਿਪੋਰਟ, ਉਹ ਹੈ ਚਿਤਰਗੁਪਤ। ਚਿਤਰਗੁਪਤ ਕਿਸੇ ਨੇ ਦੇਖਿਆ ਜੀ? ਨਹੀਂ ਨਾ ਦੇਖਿਆ। ਲੇਕਿਨ ਗੁਰਬਾਣੀ ਕਹਿੰਦੀ ਵੀ ਗੁਪਤ ਰਿਪੋਰਟ, ਚਿੱਤਰ ਮੀਨਸ ਫੋਟੋ ਖਿੱਚ ਕੇ, ਚਿੱਤਰ ਦਾ ਮਤਲਬ ਕੀ ਹੈ? ਫੋਟੋ ਖਿੱਚ ਕੇ ਰਿਪੋਰਟ ਭੇਜਣੀ ਹੈ। ਕਿਹਨੂੰ? ਚਿਤਰਗੁਪਤ ਨੇ ਧਰਮ ਰਾਏ ਨੂੰ। ਕਿਹਨੂੰ ਭੇਜਣੀ ਰਿਪੋਰਟ ਜੀ? ਧਰਮ ਰਾਏ, ਕਿਉਂਕਿ ਚਿਤਰਗੁਪਤ ਧਰਮ ਰਾਏ ਦੇ ਮਤਹਿਤ। ਉਸ ਤੋਂ ਅੱਗੇ ਆ ਕਾਲ,
ਕਾਲ ਕਿਸੇ ਨੇ ਦੇਖਿਆ ਜੀ? ਕਾਲ ਕਹਿੰਦੇ ਮਾਇਆ ਨੂੰ, ਕਿਹਨੂੰ ਕਹਿੰਦੇ? ਮਾਇਆ ਨੂੰ, ਇਹ ਵੀ ਆ ਦੇਖ। ਫਿਰ ਇਸ ਤੋਂ ਅੱਗੇ ਕਾਲ ਦੇ ਸਪੁਰਦ ਕੀਤੇ ਨੇ ਪੰਜ ਜਾਣੇ, ਉਹਨਾਂ ਪੰਜਾਂ ਦਾ ਮੁਖੀ ਕਾਲ ਆ। ਉਹ ਕੌਣ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਚੋਂ ਕਿਸੇ ਨੇ ਕਾਮ ਨੂੰ ਦੇਖਿਆ ਨੀ, ਕ੍ਰੋਧ ਨੂੰ ਦੇਖਿਆ, ਲੋਭ ਨੂੰ ਦੇਖਿਆ, ਮੋਹ ਨੂੰ ਦੇਖਿਆ, ਹੰਕਾਰ ਨੂੰ ਦੇਖਿਆ? ਕਿਉਂਕਿ ਇਹ ਅਦਿੱਖ ਨੇ। ਕੀ ਨੇ ਜੀ? ਅਦਿੱਖ। ਇਹ ਜਿਹੜਾ ਮਾਲਕ ਦਾ ਖੇਡ ਹੈ ਨਾ, ਇਹ ਅਦਿੱਖ ਚੱਲਦਾ ਹੈ। ਹੁਣ ਜਿਹੜਾ ਸਾਡਾ ਮਨ ਸੀ, ਇਹ ਦੂਸਰੀਆਂ ਜੂਨਾਂ ਦੇ ਵਿੱਚ ਮਾਲਕ ਨੇ ਟੋਟਲ 84 ਲੱਖ ਜੂਨ ਬਣਾਈ ਹੈ। ਉਹਦੀ ਮਰਜ਼ੀ ਹੈ, ਮਾਲਕ ਹੈ ਨਾ, ਉਹ ਕਿਸੇ ਜੂਨੀ ਨੂੰ ਖਤਮ ਕਰ ਸਕਦਾ ਅਤੇ ਨਵੀਂ ਬਣਾ ਸਕਦਾ। ਉਹਨੇ ਕਈ ਜੂਨਾਂ ਖਤਮ ਕਰਤੀਆਂ ਅਤੇ ਕਈ ਨਵੀਆਂ ਖੜੀਆਂ ਕਰਤੀਆਂ। ਮਾਲਕ ਹੈ ਨਾ, ਦੁਨੀਆ ਬਣਾਉਣ ਵਾਲਾ, ਉਹ ਜੋ ਮਰਜ਼ੀ ਕਰ ਸਕਦਾ। ਪਰ ਉਹ ਕਹਿੰਦਾ, ਪੁੱਤ ਤੁਹਾਡਾ ਕੰਮ ਇੰਨਾ ਹੈ ਵੀ ਤੁਸੀਂ ਮੈਨੂੰ ਮਿਲੋ, ਮੈਂ ਤੁਹਾਨੂੰ ਖੇਡ ਵਿੱਚ ਪਾ ਦਿੱਤਾ, ਤੁਸੀਂ ਖਿਡਾਰੀ ਬਣ ਕੇ ਗਰਾਊਂਡ ਵਿੱਚ ਉਤਰ ਗਏ ਹੋ। ਕਦੋਂ? ਜਦੋਂ ਆਪਾਂ ਨੂੰ ਮਨੁੱਖ ਦੇਹੀ ਮਿਲੀ, ਆਪਾਂ ਖਿਡਾਰੀ ਬਣ ਕੇ ਕਿੱਥੇ ਆ ਗਏ ਜੀ? ਗਰਾਊਂਡ ਵਿੱਚ ਆ ਗਏ। ਤੁਸੀਂ ਗਰਾਊਂਡ ਵਿੱਚ ਖੇਡਣ ਵਾਸਤੇ ਆ ਗਏ ਹੋ, ਤੁਸੀਂ ਇਹਨਾਂ ਪੰਜਾਂ ਨੂੰ ਜਿੱਤੋ, ਇਹਨਾਂ ਪੰਜਾਂ ਨੂੰ, ਕਾਲ ਨੂੰ ਜਿੱਤੋ, ਜਿੱਤ ਕੇ ਤੁਸੀਂ ਮੇਰੇ ਕੋਲ ਆਓ ਅਤੇ ਸਦਾ ਸੁੱਖ ਮਾਣੋ। ਅਤੇ ਉਹਦੇ ਬਾਰੇ ਸੁਖਮ ਨੇ, ਉਹਦੇ ਬਾਰੇ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਨਾ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆਂ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡਕ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਜਿਨ੍ਹਾਂ ਨੇ ਧੁਰੋਂ ਕਰਮ ਪਾਇਆ ਉਹ ਨਾਮ ਦੇ ਲਾਗੇ ਆ ਗਏ। ਕਹਿ ਨਾਨਕ ਤੈਂ ਸੁਖ ਹੋਆ ਤਿਤ ਘਰ ਅਨਹਦ ਵਾਜੇ। ਕਹਿੰਦੇ ਜਿਹੜਾ ਘਰ ਦੇ ਵਿੱਚ ਅਨਹਦ ਵਾਜੇ ਵੱਜਣ ਲੱਗ ਗਏ, ਜਿਹੜਾ ਮੇਰੇ ਮਨ ਨੂੰ ਮਾਲਕ ਨੇ ਘਰ ਬਣਾ ਕੇ ਦਿੱਤਾ, ਤੁਹਾਡੇ ਮਨਾਂ ਨੂੰ ਘਰ ਬਣਾ ਕੇ ਦਿੱਤਾ, ਉਸ ਘਰ ਦੇ ਵਿੱਚ ਅਨਹਦ ਵਾਜੇ ਵੱਜਣ ਲੱਗ ਗਏ ਅਤੇ ਮਨ ਨੂੰ ਸੁੱਖ ਮਿਲਿਆ। ਉਸ ਘਰ ਵਿੱਚ ਕੀ ਮਿਲਿਆ? ਸੁੱਖ ਮਿਲਿਆ। ਹੁਣ ਆਪਾਂ ਸਾਰੇ ਹੀ ਜਦੋਂ ਇੱਧਰ ਆਉਂਦੇ ਹਾਂ, ਸਾਡੇ ਮਨ ਆਉਂਦੇ ਆ ਅਤੇ ਅਸੀਂ ਇੱਕ ਭੁਲੇਖੇ 'ਚ ਪਾ ਦਿੱਤਾ ਸਾਨੂੰ। ਕਿਹਦੇ 'ਚ ਪਾਤਾ ਜੀ? ਭੁਲੇਖਾ, ਇੱਕ ਭਰਮ। ਭਰਮ ਕੀ ਪਾ ਦਿੱਤਾ? ਮਨ ਸੀ ਜੋਤ, ਮਨ ਕੀ ਸੀ? ਜਗਦੀ ਜੋਤ ਨਹੀਂ, ਜਿਵੇਂ ਟਿਊਬ 'ਚ ਮੋਮਬੱਤੀ ਜਗਦੀ ਜਾਂਦੀ, ਲਾਟ ਜਗਦੀ, ਇਸ ਤਰ੍ਹਾਂ ਦੀ ਨਹੀਂ ਸੀ। ਉਹ ਤਾਂ ਜਿਵੇਂ ਹੀਰਾ ਚਮਕਦਾ, ਕਿਸ ਤਰ੍ਹਾਂ ਦੀ ਹੈ? ਜਿਵੇਂ ਹੀਰਾ ਚਮਕਦਾ ਨਿਕਲ ਗਿਆ ਸਟਾਰ। ਮਨ ਨੂੰ ਇਹ ਮਾਲਕ ਨੇ ਮੌਕਾ ਦਿੱਤਾ, ਕਹਿਣ ਲੱਗੇ, ਕਹਿੰਦੇ ਵੀ ਹੁਣ ਤੂੰ ਗਿਆ ਅਤੇ ਵਾਪਸ ਮੈਨੂੰ ਮਿਲਣਾ। ਲੇਕਿਨ ਉਹ ਮਨ ਜਿਹੜਾ ਸੀ, ਮਨ ਦੀ ਜਿਹੜੀ ਜੋਤ ਸੀ, ਜੋਤ ਸਰੂਪ ਸੀ ਮਨ, ਉਹ ਦੂਸਰੀਆਂ ਜੂਨਾਂ ਦੇ ਵਿੱਚ ਘੁੰਮਣ ਲੱਗ ਗਿਆ। 84 ਲੱਖ ਜੂਨਾਂ ਦੀ ਥੋੜ੍ਹੀ ਹੈ, 84 ਗਿਣਾਂਗੇ ਆਪਾਂ, ਸੌਖੀਆਂ ਗਿਣਾਂਗੇ। ਫਿਰ 84 100, ਫਿਰ 84 1000, ਫਿਰ 84 ਲੱਖ। ਹਾਂਜੀ, ਉਹ ਮਨ ਦੀ ਜੋਤ ਜੂਨਾਂ ਦੇ ਵਿੱਚ, ਇੱਕ ਜੂਨ 'ਚੋਂ ਦੂਸਰੀ, ਦੂਸਰੀ 'ਚੋਂ ਤੀਸਰੀ, ਧਿਆਨ ਦੁਆਰਾ ਅੱਗੇ ਦੀ ਅੱਗੇ ਚਲੀ ਗਈ। ਜੂਨਾਂ 'ਚ ਆ ਸਰੀਰ ਛੱਡਿਆ, ਦੂਸਰਾ ਸਰੀਰ ਮਿਲਿਆ, ਦੂਸਰਾ ਛੱਡਿਆ, ਜਾਂ ਹੋਰ ਮਿਲਿਆ, ਉਹ ਮਿਲਿਆ, ਹੋਰ ਮਿਲਿਆ, 84 ਲੱਖ ਜੂਨ 'ਚ ਅੱਗੇ ਬੜੀ ਦੂਰ ਨਿਕਲ ਗਿਆ। ਜੂਨਾਂ 'ਚ ਅੱਡੋ ਅੱਡੀ ਅਗਾਰਾਂ 'ਚ ਘੁੰਮਣ ਲੱਗ ਗਿਆ ਜੋਤ। ਉਹਨੂੰ ਫਿਰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਵੀ ਹੁਣ ਤੂੰ ਘੁੰਮਦਾ ਘੁੰਮਦਾ ਫਿਰਦਾ ਫਿਰਦਾ ਕਿੱਥੇ ਆ ਗਿਆ? ਮਨੁੱਖਾ ਦੇ ਹੀ ਜਾ ਗਿਆ। ਵੀ ਹੁਣ ਤੂੰ ਭਗਤੀ ਮਾਲਕ ਨੂੰ ਬੇਨਤੀ ਕਰ ਵੀ ਮੈਨੂੰ ਭਗਤੀ 'ਤੇ ਲਾ, ਵੀ ਇਹ ਭਗਤੀ ਵਾਸਤੇ ਮਨੁੱਖ ਜਮ ਮਿਲ। ਉਹਨੂੰ ਫਿਰ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਂ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਸੱਚੇ ਪਾਤਸ਼ਾਹ ਵੀ ਮੇਰੀ ਬੇਨਤੀ ਹੈ ਵੀ ਮੈਨੂੰ ਆਪਣੀ ਭਗਤੀ 'ਤੇ ਲਾ, ਵੀ ਮੈਂ ਫਿਰਦਾ ਆਇਆ।
ਕਿਹਨੇ ਕਿਹਾ ਇਹ? ਮਨ ਨੇ। ਤੇ ਕਿਹਨਾਂ ਦੇ ਮਨ ਨੂੰ ਪਤਾ ਲੱਗਿਆ? ਜਿਹਨਾਂ ਦੇ ਮਨ ਜਾਗੇ, ਜਿਹਨਾਂ ਦੇ ਮਨ ਜਾਗੇ, ਤ੍ਰੈ ਗੁਣਾਂ ਦੇ ਵਿੱਚੋਂ ਵਿਚਾਰਾਂ ਤੋਂ ਉੱਪਰ ਉੱਠੇ, ਜੀਰੋ ਪੁਆਇੰਟ 'ਤੇ ਆ ਗਏ। ਕਿੱਥੇ ਆ ਗਏ? ਜੀਰੋ ਪੁਆਇੰਟ 'ਤੇ ਆ ਗਏ। ਉਹਨਾਂ ਦੇ ਮਨਾਂ ਨੂੰ ਪਤਾ ਲੱਗਿਆ ਕਿ ਸਾਡੇ ਮਨ ਜੂਨਾਂ 'ਚੋਂ ਘੁੰਮਦੇ ਆ। ਅਤੇ ਤਾਂ ਹੀ ਗੁਰੂ ਮਹਾਰਾਜ ਨੇ ਕਿਹਾ ਨਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਨ। ਅਤੇ ਜੇ ਗੁਰੂ ਮਹਾਰਾਜ ਨੇ ਮਨ ਜਾਗੇ ਤਾਂ ਉਹਨਾਂ ਨੇ ਦੱਸਿਆ, ਅਤੇ ਫਿਰ ਇਹਦਾ ਮਤਲਬ ਕਿ ਆਪਾਂ ਨੇ ਮਨ ਵੀ ਤਾਂ ਜੂਨਾਂ 'ਚੋਂ ਹੀ ਆਏ ਨਾ, ਮਨੁੱਖਾ ਦੇਹੀ ਵਿੱਚ। ਆਪਾਂ ਨੂੰ ਗੁਰਬਾਣੀ 'ਤੇ ਆਪਾਂ ਭਰੋਸਾ ਕਰਦੇ ਹਾਂ, ਗੁਰਬਾਣੀ ਗੁਰੂ ਨੂੰ ਮੰਨਦੇ ਹਾਂ, ਅਤੇ ਆਪਾਂ ਵਿਚਾਰਿਆ ਵੀ ਮਨੁੱਖ ਜਾਮਾ ਕਿਸ ਵਾਸਤੇ ਮਿਲਿਆ? ਫਿਰ ਉਹ ਕਹਿੰਦੇ ਮਿਲਿਆ ਹੀ ਮਾਲਕ ਨੂੰ ਮਿਲਣ ਵਾਸਤੇ, ਪਈ ਪ੍ਰਾਪਤ ਮਾਨਕ ਦੇਵੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਪਈ ਆ। ਜਦੋਂ ਸੰਸਾਰ ਨਾਲ ਸਾਡਾ ਮਨ ਜੁੜਿਆ, ਮਨੁੱਖਾ ਦੇਹੀ ਮਿਲ ਗਈ, ਮਨੁੱਖਾ ਦੇਹੀ ਮਿਲ ਗਈ। ਲੇਕਿਨ ਜਦੋਂ ਸੰਸਾਰ ਨਾਲ ਜੁੜੇ, ਵਿਚਾਰਾਂ ਦੇ ਇਲਾਕੇ 'ਚ ਆਏ, ਕਾਲ ਦੇ ਇਲਾਕੇ 'ਚ ਸਾਡਾ ਮਨ ਆਇਆ, ਅਤੇ ਗੁਰਮੁਖ ਪਿਆਰਿਓ ਇੱਥੇ ਮਨ ਨੇ ਕੀ ਸਮਝਿਆ ਆਪਦੇ ਆਪ ਨੂੰ? ਜੋਤ ਸਰੂਪ ਨਹੀਂ ਸਮਝਿਆ, ਪ੍ਰਕਾਸ਼ ਨਹੀਂ ਸਮਝਿਆ ਵੀ ਮੈਂ ਪ੍ਰਕਾਸ਼ ਹਾਂ, ਮੈਂ ਇੱਕ ਲਾਈਟ ਹਾਂ, ਮੈਂ ਇੱਕ ਚੰਨ ਹਾਂ। ਕੀ ਸਮਝਿਆ? ਮੈਂ ਆ ਚੰਮ ਹਾਂ। ਕੀ ਸਮਝਿਆ? ਮੈਂ ਆ ਸਰੀਰ ਹਾਂ। ਜਿਵੇਂ ਮੈਂ ਮੇਰਾ ਮਨ ਸਮਝ ਲਿਆ, ਮੈਂ ਬੋਡੀ, ਤੁਸੀਂ ਆਪਦੀ ਆਪਦੀ ਸਮਝ ਲਓ। ਪਹਿਲਾਂ ਇਹੀ ਸਮਝਦੇ ਸੀ ਨਾ ਵੀ ਆਪਾਂ ਤਾਂ ਆਹੀ ਹਾਂ, ਸਰੀਰ ਫੇਸ ਦੇਖਦੇ ਸੀ ਇੱਕ ਦੂਸਰੇ ਨੂੰ। ਲੇਕਿਨ ਜੇ ਅਸੀਂ ਆਪਦੇ ਆਪ ਨੂੰ ਸਰੀਰ ਸਮਝਿਆ ਤਾਂ ਸਮਝ ਲਓ ਭੁਲੇਖਾ ਪੈ ਗਿਆ, ਭਰਮ ਵਿੱਚ ਪੈ ਗਏ। ਹੁਣ ਉਹਦੇ ਬਾਰੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ 'ਚ ਕਲੀਅਰ ਕਰ ਰਹੇ ਨੇ, ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਦੀ ਤੇਰੇ ਨਾਲ ਹੈ ਗੁਰਮਤੀ ਰੰਗ ਮਨ। ਕਹਿੰਦੇ ਵੀ ਹਰੀ ਤੇਰੇ ਨਾਲ ਆ, ਗੁਰੂ ਦੀ ਮੱਤ ਲੈ ਕੇ ਤੂੰ ਰੰਗ ਮਾਨ। ਲੇਕਿਨ ਮਨ ਜਿਹੜਾ ਸੀ ਉਹ ਭਰਮ ਵਿੱਚ ਪੈ ਗਿਆ। ਕਿਵੇਂ ਭਰਮ ਵਿੱਚ ਪਿਆ? ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਮਨ ਮੈਲੇ ਸਭ ਕਿਛੁ ਮੈਲਾ, ਮਨ ਮੈਲੇ ਸਭ ਕਿਛੁ ਮੈਲਾ, ਤਨ ਧੋਤੇ ਮਨ ਅਸ਼ਾਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਕਹਿੰਦੇ ਸਾਰਾ ਜਗਤ ਜਿਹੜਾ ਭਰਮ ਭੁਲਾਇਆ ਹੋਇਆ, ਕੋਈ ਵਿਰਲਾ ਹੀ ਬੁੱਝਦਾ। ਉਹਨਾਂ ਵਿਰਲਿਆਂ ਦੇ ਵਿੱਚ ਆਪਾਂ ਸਾਰੇ ਹਾਂ, ਕਿਉਂਕਿ ਹੁਣ ਸਾਨੂੰ ਪਤਾ ਇਹ ਲੱਗ ਗਿਆ ਕਿ ਅਸੀਂ ਇਹ ਚੰਮ ਦਾ ਸਰੀਰ ਨਹੀਂ ਹਾਂ, ਅਸੀਂ ਆਹ ਸਰੀਰ ਨਹੀਂ ਹਾਂ, ਅਸੀਂ ਕੀ ਹਾਂ ਜੀ? ਇੱਕ ਚਾਨਣ, ਇੱਕ ਜੋਤ, ਇੱਕ ਲਾਈਟ, ਮਨ। ਕੀ ਹੈ ਜੀ? ਆਪਾਂ ਮਨ। ਇਹ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਕਲੀਅਰ ਕੀਤਾ, ਕਹਿੰਦੇ ਮਨ ਕਿਹੋ ਜਿਹਾ? ਉਹ ਦੱਸਦੇ ਨੇ, ਕਹਿੰਦੇ ਮਨ ਇੱਕ ਸ਼ੀਸ਼ਾ ਹੈ। ਮਨ ਕਹਿੰਦੇ ਵਰਗਾ ਜੀ? ਸ਼ੀਸ਼ਾ ਵਰਗਾ, ਆਰਸੀ। ਕਹਿੰਦੇ ਇਹ ਮਨ ਆਰਸੀ ਕੋਈ ਗੁਰਮੁਖ ਬੁੱਝੇ, ਉਹਨੂੰ ਜਿਹੜਾ ਮਾਲਕ ਖੁਦ ਸ਼ੀਸ਼ਾ, ਮਾਲਕ ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਜਿਹੜਾ ਉਹਦਾ ਮਨ ਬੱਚਾ ਹੈ ਉਹ ਵੀ ਕੀ ਹੈ? ਸ਼ੀਸ਼ਾ। ਲੇਕਿਨ ਹੁਣ ਜਦੋਂ ਇੱਥੇ ਮਨ ਨੂੰ ਭੇਜਿਆ ਮਾਲਕ ਨੇ, ਆਪਾਂ ਤਾਂ ਵੈਸੇ ਕਹਿੰਦੇ ਘਰੇ ਜਦੋਂ ਬੱਚਾ ਜਨਮ ਲੈਣ ਚੱਕਣ ਲੱਗੇ, ਕਹਿੰਦੇ ਆ ਮੇਰਾ ਰਾਜਾ ਪੁੱਤ। ਕੀ ਕਹਿੰਦੇ? ਆ ਮੇਰਾ ਰਾਜਾ ਪੁੱਤ। ਲੇਕਿਨ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਕਲੀਅਰ ਕਰ ਦਿੱਤਾ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਖੁਦ ਰਾਜਿਆਂ ਦੇ ਰਾਜੇ ਆ। ਜਿਹਦਾ ਬੱਚਾ ਰਾਜਾ ਬਣਦਾ ਤੇ ਉਹਦਾ ਪਿਓ ਪਹਿਲਾਂ ਕੀ ਹੁੰਦਾ ਜੀ? ਰਾਜਾ ਹੀ ਹੁੰਦਾ ਨਾ, ਫੇਰ ਹੀ ਉਹਦਾ ਇਲਾਦ ਰਾਜਾ ਬਣਦੀ ਹੈ ਨਾ। ਹੁਣ ਜਿਹੜਾ ਸਾਡਾ ਪਿਤਾ ਹੈ ਉਹ ਰਾਜਿਆਂ ਦਾ ਰਾਜਾ ਹੈ। ਅਕਾਲ ਪੁਰਖ ਵਾਹਿਗੁਰੂ ਕੀ ਨੇ ਜੀ? ਸਾਡੇ ਮਨ ਰਾਜੇ ਨੇ ਨਾ। ਮਹਾਰਾਜ ਮਹਾਰਾਜ ਗੁਰਬਾਣੀ ਵੀ ਦੱਸਦੇ ਨੇ, ਕਹਿੰਦੇ ਕਾਇਆ ਨਗਰੀ ਇਹ ਮਨ ਰਾਜਾ। ਕਾਇਆ, ਕਾਇਆ ਮੀਨਸ ਸਰੀਰ, ਇਹ ਨਗਰ, ਇਹ ਨਗਰ ਕਿਹਨੂੰ ਕਿਉਂ ਆ? ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜੀਵ, ਇਹ ਸਾਰਾ ਜੀਵ ਹੀ ਹੈ ਜੀ, ਸਾਰਾ ਉੱਪਰਲੀ ਚਮੜੀ ਸਾਰੀ, ਸਾਰੇ ਜੀਵ ਇਕੱਠੇ ਕੀਤੇ। ਕਾਇਆ ਨਗਰੀ ਇਹ ਮਨ ਰਾਜਾ, ਮਨ ਨੂੰ ਰਾਜਾ ਬਣਾ ਦਿੱਤਾ ਇਸ ਦੇਸ਼ ਦਾ। ਮੇਰੇ ਸਰੀਰ ਦੇ ਵਿੱਚ ਜਿੰਨੇ ਜੀਵ ਨੇ ਉਹਨਾਂ ਦਾ ਜਿਹੜਾ ਰਾਜਾ ਹੈ ਉਹ ਹੈ ਮੇਰਾ ਮਨ। ਤੁਹਾਡੇ ਸਰੀਰ ਦੇ ਜਿਹੜੇ ਜੀਵ ਨੇ ਉਹਨਾਂ ਦਾ ਰਾਜਾ ਤੁਹਾਡਾ ਮਨ, ਠੀਕ ਹੈ ਨਾ। ਆਪਣੇ ਸਾਰਿਆਂ ਦੇ ਮਨ ਜਿਹੜੇ ਨੇ ਇਹ ਰਾਜੇ ਨੇ, ਕੀ ਨੇ ਜੀ? ਰਾਜੇ।
ਹੁਣ ਇਹਦੇ ਬਾਰੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਗੁਰੂ ਸਾਹਿਬਾਨ ਕਲੀਅਰ ਕਰ ਰਹੇ ਨੇ ਕੀ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆ ਕਹਿੰਦੇ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਗੁਸਾਈ ਕਿਹਨੂੰ ਕਹਿੰਦੇ ਜੀ ਮਾਲਕ ਨੂੰ ਕਹਿੰਦੇ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨ ਉਪਾਏ ਸੁਭਾਵਨ ਸ਼ਗਲ ਘੱਟ ਸਗਲ ਘੱਟ ਛਤਰਪਤ ਬਿਠਾ ਅਕਾਲ ਪੁਰਖ ਵਾਹਿਗੁਰੂ ਕਿੱਥੇ ਬੈਠੇ ਨੇ ਜੀ ਜਿੰਨੇ ਵੀ ਆਪਣੇ ਘੱਟ ਨੇ ਘੱਟ ਮੀਨਜ ਸਰੀਰ ਨੇ ਤੇ ਸਰੀਰ ਦੀ ਉੱਚੀ ਜਗ੍ਹਾ ਕਿਹੜੀ ਹੈ ਛੱਤ ਵਾਲੀ ਸਰੀਰ ਦੀ ਛੱਤ ਕਿਹੜੀ ਹੈ ਜੀ ਆਹ ਇੱਥੇ ਬੈਠਾ ਹੈ ਰਾਜਿਆਂ ਦਾ ਰਾਜਾ ਅਕਾਲ ਪੁਰਖ ਵਾਹਿਗੁਰੂ ਸਗਲ ਕਰਨ ਕਰਾਵਨ ਉਪਾਏ ਸੁਭਾਵਨ ਸਗਲ ਛਤਰਪਤ ਬੈਠਾ ਰਹਾਉ ਰਾਣਾ ਰਾਓ ਰਾਜ ਭੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ ਕੀ ਕਹਿੰਦੇ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ ਵੀ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਸਦਾ ਰਹਿਣ ਵਾਲਾ ਹੈ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਉਹ ਸਦਾ ਰਹਿਣ ਵਾਲਾ ਹੈ ਤੇ ਫਿਰ ਆਪਾਂ ਜਿਹੜੇ ਘੱਟ ਵਿੱਚ ਆਏ ਹੋਏ ਹਾਂ ਮਨ ਬੱਚੇ ਆਏ ਹੋਏ ਆ ਮਾਲਕ ਦੇ ਰਾਜੇ ਬਣਾਏ ਹੋਏ ਆਏ ਹੋਏ ਆ ਤੇ ਫਿਰ ਆਪਾਂ ਕਿਉਂ ਨਾ ਉਹਦਾ ਜਸ ਕਰੀਏ ਫਰਜ ਬਣਦਾ ਕਿ ਨਹੀਂ ਜੀ ਗੁਰੂ ਮਹਾਰਾਜ ਨੇ ਤਾਂ ਪੰਜਵੇਂ ਪਾਤਸ਼ਾਹ ਜੀ ਤੇ ਨੈਣ ਨਕਸ਼ ਅੰਗ ਅੰਗ ਗਿਣ ਕੇ ਦਿਖਾਤਾ ਗੁਰਬਾਣੀ ਦੇ ਵਿੱਚ ਕਹਿੰਦੇ ਜਿਹਨੇ ਅੱਖਾਂ ਬਣਾਈਆਂ ਤੁਹਾਡਾ ਨੱਕ ਬਣਾਇਆ ਇਹਦਾ ਮੁੱਖ ਬਣਾਇਆ ਕਿੱਡਾ ਸੋਹਣਾ ਬਣਾਇਆ ਤੁਹਾਨੂੰ ਤੁਸੀਂ ਉਹਦੇ ਗੁਣ ਨਹੀਂ ਗਾ ਸਕਦੇ ਤੁਹਾਨੂੰ ਇਹ ਮਨ ਵਿੱਚ ਉਹਨੂੰ ਮਿਲਣ ਦਾ ਚਾਅ ਨਹੀਂ ਪੈਦਾ ਹੋ ਸਕਦਾ ਕਰ ਮਿਹਨਤ ਕਰ ਜੋਜੜੀ ਮੈਂ ਬ੍ਰਹਮ ਮਿਲਣੇ ਕਾ ਚਾਓ ਚਾਅ ਨਹੀਂ ਪੈਦਾ ਹੋ ਸਕਦਾ ਕੀ ਚਾਅ ਨਹੀਂ ਪੈਦਾ ਹੁੰਦਾ ਤੇ ਵਿਰਾਗ ਨਹੀਂ ਪੈਦਾ ਹੋ ਸਕਦਾ ਵੀ ਸੱਚੇ ਪਾਤਸ਼ਾਹ ਵੀ ਸਾਨੂੰ ਸੰਗਤ ਵਿੱਚ ਆ ਕੇ ਪਤਾ ਲੱਗਿਆ ਭੇਦ ਖੁੱਲ੍ਹਾ ਵੀ ਸਾਨੂੰ ਤੇਰੇ ਨਾਲੋਂ ਵਿਛੜਿਆਂ ਨੂੰ ਸਾਨੂੰ ਮੀਨਜ਼ ਸਾਡੇ ਮਨ ਜਿਹੜੇ ਆ ਮਨਾਂ ਨੂੰ ਵਿਛੜਿਆਂ ਨੂੰ ਤੇਰੇ ਨਾਲੋਂ ਤਿੰਨ ਯੁੱਗ ਬੀਤ ਗਏ ਚੌਥਾ ਯੁੱਗ ਕਲ ਯੁੱਗ ਲੱਗ ਗਿਆ ਚਾਰ ਯੁੱਗਾਂ ਦੀ ਚੌਂਕੜੀ ਹੈ ਚਾਰ ਯੁੱਗਾਂ ਦੀ ਚੌਥਾ ਯੁੱਗ ਕਲ ਯੁੱਗ ਲੱਗ ਗਿਆ ਮਹਾਰਾਜ ਅਸੀਂ ਤੈਨੂੰ ਮਿਲ ਹੀ ਨਹੀਂ ਸਕੇ ਫਿਰ ਇੱਥੇ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਮਾਲਕ ਨੂੰ ਧਿਆਉਣਾ ਹੈ ਕੀ ਕਰਨਾ ਹੈ ਧਿਆਉਣਾ ਇੱਥੇ ਇੱਕ ਗੱਲ ਕਲੀਅਰ ਆਪਾਂ ਕਰ ਲਈਏ ਵੀ ਕਿਸੇ ਬੰਦੇ ਨੂੰ ਨਹੀਂ ਧਿਆਉਣਾ ਬੰਦੇ ਦਾ ਰਿਸਪੈਕਟ ਕਰਨੀ ਹੈ ਕੀ ਕਰਨੀ ਜਿਵੇਂ ਮੈਨੂੰ ਕੋਈ ਮਿਲਦਾ ਮੈਂ ਬੜੇ ਪਿਆਰ ਨਾਲ ਅਗਲੇ ਨੂੰ ਮਿਲਦਾ ਜਦੋਂ ਤੁਸੀਂ ਕਿਸੇ ਨੂੰ ਮਿਲਣਾ ਹੈ ਚਾਹੇ ਉਹ ਤੁਹਾਨੂੰ ਕੋਈ ਜਾਣਦਾ ਹੈ ਰਿਸ਼ਤੇਦਾਰ ਭਾਵੇਂ ਨਹੀਂ ਤੁਸੀਂ ਉਹਨੂੰ ਪਿਆਰ ਨਾਲ ਮਿਲਦਾ ਕਿਉਂ ਮਿਲਣਾ ਕਿਉਂਕਿ ਸਾਰਿਆਂ ਦੇ ਵਿੱਚ ਤਾਂ ਉਹ ਆਪ ਕੀ ਕਹਿੰਦੇ ਗੁਰਬਾਣੀ ਦੇ ਵਿੱਚ ਕਹਿੰਦੇ ਸਾਧੋ ਇਹ ਤਨ ਮਿਥਿਆ ਜਾਣੋ ਦੇਖੋ ਇਹ ਤਨ ਨੂੰ ਕੀ ਕਹਿੰਦਾ ਮਿਥਿਆ ਤੇ ਆਪਾਂ ਕੀ ਸਮਝਿਆ ਪਹਿਲਾਂ ਤਨ ਮਨ ਤਾਂ ਸਮਝਿਆ ਨਹੀਂ ਕਹਿੰਦੇ ਸਾਧੋ ਇਹ ਤਨ ਮਿਥਿਆ ਜਾਣੋ ਜਾਂ ਭੀਤਰ ਜੋ ਰਾਮ ਵਸਤ ਹੈ ਸੱਚੋ ਤੈ ਪਹਿਚਾਣੋ ਕਹਿੰਦੇ ਭੀਤਰ ਅੰਦਰ ਰਾਮ ਵਸਦਾ ਹੈ ਉਹਨੂੰ ਪਛਾਣੋ ਲੇਕਿਨ ਉਹਨੂੰ ਪਛਾਣਿਆ ਹੀ ਨਹੀਂ ਹੁਣ ਜਦੋਂ ਭੇਦ ਖੁੱਲੇਗਾ ਆਪਾਂ ਨੂੰ ਵੀ ਸੱਚੇ ਪਾਤਸ਼ਾਹ ਵੀ ਤੂੰ ਤਾਂ ਸਾਰਿਆਂ ਦੇ ਅੰਦਰ ਆ ਤੂੰ ਤਾਂ ਸਾਰਿਆਂ ਦੇ ਅੰਦਰ ਆਤਮਾ ਦੇ ਰੂਪ ਵਿੱਚ ਤੇ ਬਾਹਰ ਜਰੇ ਜਰੇ ਦੇ ਵਿੱਚ ਕਣ ਕਣ ਦੇ ਵਿੱਚ ਨਿਰੰਕਾਰ ਦੇ ਰੂਪ ਵਿੱਚ ਤੂੰ ਪਰਮਾਤਮਾ ਦੇ ਰੂਪ ਵਿੱਚ ਠੀਕ ਹੈ ਜੀ ਹੁਣ ਗੁਰਮੋ ਪਿਆਰਿਓ ਜਿਹੜਾ ਸਾਡਾ ਮਨ ਹੈ ਇਹ ਪ੍ਰਕਾਸ਼ ਹੈ ਪਰਮ ਨਿਕਲ ਗਿਆ ਜੀ ਜੇ ਹੁਣ ਤੁਸੀਂ ਆਪਦੇ ਆਪ ਨੂੰ ਕੀ ਸਮਝੋਗੇ ਜੀ ਮਨ ਤੇ ਮਨ ਕਿਸ ਤਰ੍ਹਾਂ ਦਾ ਸਮਝੋਗੇ ਜੋਤ ਰੂਪ ਜੋਤ ਕਿਸ ਤਰ੍ਹਾਂ ਦੀ ਸਮਝੋਗੇ ਲਾਈਟ ਚਾਨਣ ਕੀ ਸਮਝੋਗੇ ਜੀ ਲਾਈਟ ਚਾਨਣ ਸਮਝਣਾ ਆਪਦਿਆਂ ਨੂੰ ਇਹ ਚਾਨਣ ਇਹ ਲਾਈਟ ਆਪਣੇ ਸਾਰਿਆਂ ਦੇ ਅੰਦਰ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੇ ਰਾਹੀਂ ਇਹ ਜੋਤ ਪ੍ਰਗਟ ਹੋਣੀ ਹੈ ਆਮ ਜੀਵਾਂ ਦੀ ਇੱਕ ਦੀ ਤਾਂ ਮਾਲਕ ਨੇ ਸਿੱਧੀ ਪ੍ਰਗਟ ਕਰਤੀ ਹੈਨੀ ਤੇ ਗਾਂ ਗੁਰੂ ਨੇ ਜੋਤ ਪ੍ਰਗਟ ਕਰਨੀ ਗੁਰ ਸਾਖੀ ਜੋਤ ਪ੍ਰਗਟ ਹੋਏ ਹੁਣ ਗੁਰਮੁਖ ਪਿਆਰੋ ਇਹ ਜੋ ਸਾਡਾ ਮਨ ਹੈ ਇਹ ਪ੍ਰਕਾਸ਼ ਹੈ ਤੇ ਇਹਦਾ ਜਿਹੜਾ ਪਿਤਾ ਹੈ ਅਕਾਲ ਪੁਰਖ ਉਹ ਵੀ ਉਹ ਅਨਹਦ ਪ੍ਰਕਾਸ਼ ਹੈ
ਉਹ ਅਨਭਉ ਪ੍ਰਕਾਸ਼ ਹੈ, ਉਹਦੀ ਕੋਈ ਪਛਾਣ ਨਹੀਂ ਹੈ। ਅਦਨਿਆਵੀ ਚਿਹਰਿਆਂ ਦੀ ਪਛਾਣ ਹੈ, ਲੇਕਿਨ ਉਹ ਇਸ ਤਰ੍ਹਾਂ ਦੀ ਨਹੀਂ ਹੈ, ਲੇਕਿਨ ਉਹ ਪਛਾਣ ਹੈ ਕਿ ਉਹ ਪ੍ਰਕਾਸ਼ ਹੈ, ਕਿਉਂਕਿ ਇਹਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਾ ਹਿੰਨ ਜਾਏ, ਰੂਪ ਰੰਗ ਔਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅੰਦੋਜ ਕਹੀ ਜਾਏ। ਉਹ ਮਾਲਕ ਅਨੁਭਵ ਪ੍ਰਕਾਸ਼, ਕੋਈ ਲਿਮਿਟ ਕੋਈ ਗਿਣਤੀ ਕੋਈ ਮਿਣਤੀ ਨਹੀਂ ਹੈ, ਹਰ ਜਗ੍ਹਾ ਤੇ ਹੈ। ਤੇ ਜੇ ਤੁਸੀਂ ਹਰ ਜਗ੍ਹਾ ਤੇ ਮਾਲਕ ਨੂੰ ਸਿੱਧ ਕਰਨਾ ਹੋਵੇ ਤੇ ਕਿਵੇਂ ਕਰੋਗੇ? ਤੁਸੀਂ ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਪਹੁੰਚ ਗਏ ਰਸਤੇ 'ਚ ਤੁਰੇ ਜਾਂਦਿਆਂ ਵੀ ਜੇ ਤੁਹਾਨੂੰ ਸਵਾਸ ਆ ਰਹੇ ਆ ਤਾਂ ਸੰਭਲੋ, ਨਾਲ ਹੀ ਆ ਤੁਹਾਡੇ, ਤੁਹਾਨੂੰ ਸਵਾਸ ਦੇਈ ਜਾ ਰਿਹਾ। ਗੱਡੀ ਵੀ ਚਲਾਉਂਦੇ ਹੋ ਰਹੇ ਆ, ਸਵਾਸ ਵੀ ਦੇਈ ਜਾਣਾ, ਪਰ ਸਵਾਸਾਂ ਤਾਂ ਪਤਾ ਨਹੀਂ ਸੀ ਨਾ ਵੀ ਕਿੱਥੋਂ ਆ ਰਹੇ, ਹੁਣੇ ਭੇਤ ਖੁੱਲਿਆ ਨਾ। ਤੁਸੀਂ ਕਿਤੇ ਵੀ ਜਾ ਰਹੇ ਹੋ ਉੱਥੇ ਮਾਲਕ ਆ ਅਤੇ ਉਹ ਤੁਹਾਡੇ ਨੇੜੇ ਆ ਅਤੇ ਤੁਹਾਨੂੰ ਸਾਰਿਆਂ ਨੂੰ ਸਵਾਸ, ਅਤੇ ਮੈਨੂੰ ਵੀ ਸਾਰਿਆਂ ਨੂੰ ਸਵਾਸ ਦੇ ਕੇ ਜਿੰਦਾ ਰਹਿ। ਗੁਰਬਾਣੀ 'ਚ ਕਲੀਅਰ ਕੀਤਾ, ਕਹਿੰਦੇ ਆਪੇ ਕਰਤਾ ਕਰ ਕਰ ਵਿਖ ਹੈ ਦਿਨ ਦਾ ਸਾਹਸ ਗ੍ਰਾਹਾ ਹੈ। ਤੁਸੀਂ ਜਿੱਥੇ ਮਰਜ਼ੀ ਆ ਲੈ ਜਾਓ ਸਰੀਰ, ਉੱਥੇ ਸਾਹ ਆ ਰਿਹਾ ਅਤੇ ਉੱਥੇ ਮਤਲਬ ਕਿ ਮਾਲਕ ਉੱਥੇ ਹੈ। ਰਸਤੇ ਤੁਰਿਆ ਜਾਂਦਿਆਂ ਵੀ ਆਉਂਦਾ, ਹਾਂਜੀ, ਗੱਡੀ ਮੋਟਰ 'ਤੇ ਜਾਂਦਿਆਂ ਵੀ ਆਉਂਦਾ, ਹਾਂਜੀ। ਅਤੇ ਸੰਭਲੋ, ਮਾਲਕ ਸਿੱਧ ਹੋ ਗਿਆ ਨਾ ਵੀ ਜੇ ਸਵਾਸ ਆ ਰਿਹਾ ਤਾਂ ਮਾਲਕ ਉੱਥੇ ਵੀ ਹੈਗੇ। ਅਤੇ ਜਿਹਦੇ ਸਵਾਸ ਖਤਮ ਹੋ ਜਾਂਦੇ ਨੇ ਉਹਨੂੰ ਸਵਾਸ ਦੇਣਾ, ਜਿੱਥੇ ਖਤਮ ਹੋ ਗਏ, ਦੇਖੋ ਕਿੱਡਾ ਹਿਸਾਬ ਕਿੱਦਾਂ, ਕਿੱਡਾ ਜ਼ਬਰਦਸਤ ਹੁੰਦਾ ਕੈਲਕੂਲੇਸ਼ਨ। ਜਿੱਥੇ ਖਤਮ ਹੋ ਗਏ, ਤੁਰਿਆ ਜਾਂਦੇ ਖਤਮ ਹੋ ਗਏ, ਬਸ ਸਾਹ ਦੇਣਾ ਬੰਦ ਅਤੇ ਬੰਦਾ ਸਰੀਰ ਕੰਮ ਕਰਨੋਂ ਹਟ ਜਾਏ, ਹੈ। ਇਹਨੂੰ ਕੰਟਰੋਲ ਕਰਨ ਵਾਲਾ ਮਨ ਨੂੰ ਸਵਾਸ ਗਿਣ ਕੇ ਮਿਲੇ ਨੇ, ਅਤੇ ਜਦੋਂ ਮਨ ਨੂੰ ਸਵਾਸ ਦੇਣੇ ਇੱਥੋਂ ਬੰਦ ਕਰਤੇ ਮਾਲਕ ਨੇ, ਅਤੇ ਸਰੀਰ ਡੈੱਡ ਬੋਡੀ ਕੀ ਜੀ, ਇੱਕ ਲਾਸ਼ ਮਿੱਟੀ। ਫਿਰ ਇਹਨੂੰ ਕਿਉਂਟਦੇ ਹਾਂ ਆਪਾਂ, ਕੀ ਕਰਦੇ ਨੇ, ਕਿਉਂਟਦੇ ਹਾਂ, ਇਹਨੂੰ ਸੰਭਾਲਦੇ ਹਾਂ ਵੀ ਇਹਦਾ ਸੰਸਕਾਰ ਕਰ ਦਈਏ ਵੀ ਪ੍ਰਦੂਸ਼ਣ ਫੈਲੇਗਾ। ਹੁਣ ਗੁਰਮੁਖ ਪਿਆਰਿਓ, ਮਨ ਦਾ ਖੇਲ ਹੈ। ਗੁਰਬਾਣੀ ਗੁਰੂ ਨੂੰ ਜਦੋਂ ਤੁਸੀਂ ਸਮਝਣਾ, ਇਹ ਸਮਝਣਾ ਕਿ ਗੁਰਬਾਣੀ ਗੁਰੂ ਮਨ ਦੀ ਗੱਲ ਕਰਦੇ, ਕਿਹਦੀ ਗੱਲ ਕਰਦੇ, ਤਾਂ ਮਹਾਰਾਜ ਨੇ ਕਹਿੰਦਾ ਮਨ ਜੀਤੇ ਜਗ ਜੀਤ ਮਨ ਤੂੰ ਜੋਤ। ਹੁਣ ਮਨ ਨੂੰ ਸੱਚੀ ਮੁੱਚੀ ਰਾਜਾ ਬਣਾਇਆ ਅਕਾਲ ਪੁਰਖ ਵਾਹਿਗੁਰੂ। ਉਹ ਜੋ ਪਿਤਾ ਹੈ ਸਾਡਾ, ਰਾਜਿਆਂ ਦਾ ਰਾਜਾ, ਉਹ ਇੱਥੇ ਬੈਠਾ ਮੇਰੇ ਲਈ, ਇੱਥੇ ਬੈਠਾ ਮੇਰੇ ਸਰੀਰ ਦੇ ਹਿਸਾਬ ਨਾਲ। ਤੁਸੀਂ ਆਪਦੇ ਸਰੀਰਾਂ ਦੇ ਹਿਸਾਬ ਨਾਲ ਇੱਥੇ ਸਮਝਣਾ ਵੀ ਇੱਥੇ ਬੈਠਾ ਰਾਜਿਆਂ ਦਾ ਰਾਜਾ ਅਕਾਲ ਪੁਰਖ, ਸਾਡਾ ਮਾਤਾ ਪਿਤਾ ਸੱਚ, ਜਿਹਦੇ ਅਸੀਂ ਬੱਚੇ ਹਾਂ। ਉਹਨੇ ਆਪਣੇ ਪੁੱਤ ਨੂੰ ਵੀ ਰਾਜਾ ਬਣਾਇਆ। ਗੁਰਬਾਣੀ 'ਚ ਕਲੀਅਰ ਕੀਤਾ, ਕਹਿੰਦੇ ਕਾਇਆ ਕੋਟ ਗੜੇ ਮੈਂ ਰਾਜਾ। ਕਾਇਆ ਸਰੀਰ, ਕੋਟ ਸ਼ਹਿਰ ਨੂੰ ਕਹਿੰਦੇ, ਕੋਟ ਕਿਹਨੂੰ ਕਹਿੰਦੇ, ਸ਼ਹਿਰ ਨੂੰ, ਜਿਵੇਂ ਪਹਿਲਾਂ ਕਹਿੰਦੇ ਨੇ ਕੋਟ ਕਪੂਰਾ, ਹੈ ਨਾ, ਧਰਮ ਕੋਟ, ਹੈ ਨਾ, ਕੋਟ ਫਤੂਹੀ, ਇਹ ਪਿੰਡਾਂ ਦੇ ਨਾਂ ਨੇ। ਇਹ ਉੱਥੇ ਬਾਜ਼ਾਰ ਲੱਗਦਾ ਹੈ, ਕੀ ਲੱਗਦਾ ਸੀ, ਹੁਣ ਤਾਂ ਹਰ ਇੱਕ ਜਗ੍ਹਾ 'ਤੇ ਸ਼ਹਿਰਾਂ ਦੇ ਵਿੱਚ, ਅੱਗੇ ਕਿਤੇ ਕਿਤੇ ਲੱਗਦਾ ਸੀ। ਹਜੇ ਵੀ ਮੈਂ ਦੇਖਿਆ ਵੀ ਯੂਪੀ ਦੇ ਵਿੱਚ ਅਸੀਂ ਗਏ ਅਤੇ ਇੱਕ ਪਿੰਡ ਦੇ ਬਾਹਰ ਬਾਹਰ ਜਗ੍ਹਾ ਛੱਡੀ ਹੋਈ, ਅਤੇ ਮੈਂ ਆ ਸਾਰਿਆਂ ਨੇ ਕੱਚੀ ਮਿੱਟੀ ਦੇ ਨਾਲ ਨਾ ਉੱਚੀਆਂ ਥੜੀਆਂ ਬਣਾਈਆਂ, ਮੈਂ ਕਾਹਦੇ ਵਾਸਤੇ, ਕਹਿੰਦੇ ਜੀ ਆ ਜਾਓ ਸ਼ੁੱਕਰਵਾਰ ਵਾਲੇ ਦਿਨ। ਅਸੀਂ ਉੱਥੋਂ 2 ਕੁ ਕਿਲੋਮੀਟਰ 3 ਕਿਲੋਮੀਟਰ 'ਤੇ ਅੱਗੇ ਸੀ ਸਾਡੀ ਰਿਹਾਇਸ਼ ਜਿੱਥੇ ਅਸੀਂ ਪੜਾਅ ਕੀਤਾ ਸੀ, ਅਤੇ ਜਦੋਂ ਅਸੀਂ ਉਹੀ ਸ਼ੁੱਕਰਵਾਰ ਆਇਆ ਅਤੇ ਵਾਹਿਗੁਰੂ ਕਿੱਥੇ ਉਹ ਸੁਣ ਸਰਾਂ ਅਤੇ ਕਿੱਥੇ ਬਾਜ਼ਾਰ ਲੱਗਿਆ, ਕੋਈ ਕੁਛ ਸਮਾਨ ਰੱਖੀ ਬੈਠਾ ਕੋਈ ਕੁਛ। ਹੁਣ ਉਹ ਗੁਰਬਾਣੀ ਦੇ ਵਿੱਚ ਦੱਸ ਦਿੱਤਾ ਕਿ ਇਹ ਜਿਹੜਾ ਸਰੀਰ ਹੈ, ਕਾਇਆ ਹੈ, ਕੋਟ ਹੈ, ਇਹ ਸਰੀਰ ਜਿਹੜਾ ਸਾਡਾ ਹੈ, ਇਹ ਬਹੁਤ ਸਾਰੇ ਲੱਖਾਂ ਜੀਵਾਂ ਦਾ ਇੱਕ ਇਕੱਠ। ਸਾਡਾ ਸਰੀਰ ਕੀ ਹੈ ਜੀ, ਲੱਖਾਂ ਜੀਵਾਂ ਦਾ ਇੱਕ ਸੰਗ੍ਰਹਿ, ਇੱਕ ਇਕੱਠ। ਇਹਨਾਂ ਸਾਰੇ ਜੀਵਾਂ ਦਾ ਜਿਹੜਾ ਰਾਜਾ ਹੈ ਉਹ ਕੌਣ ਹੈ ਜੀ, ਮਨ। ਕਾਇਆ ਨਗਰੀ, ਇਹ ਮਨ ਰਾਜਾ। ਹੁਣ ਜਿਵੇਂ ਇੱਕ ਦੇਸ਼ ਹੁੰਦਾ, ਦੇਸ਼ ਦਾ ਇੱਕ ਰਾਜਾ ਹੁੰਦਾ, ਦੇਸ਼ ਦਾ ਇੱਕ, ਜਿਵੇਂ ਆਪਾਂ ਹਿੰਦੁਸਤਾਨ ਵਿੱਚ ਰਹਿੰਦੇ ਹਾਂ, ਹਿੰਦੁਸਤਾਨ ਦੇਸ਼ ਦਾ ਇੱਕ ਰਾਜਾ ਹੈ, ਉਹ ਰਾਜਾ ਕੌਣ ਆ ਜੀ, ਰਾਸ਼ਟਰਪਤੀ। ਦੇਸ਼ ਦਾ ਰਾਜਾ ਕੌਣ ਆ ਜੀ, ਰਾਸ਼ਟਰਪਤੀ।
ਉਹ ਰਾਸ਼ਟਰਪਤੀ ਵਾਸਤੇ ਇੱਕ ਮਹਿਲ ਬਣਾਇਆ ਜਾਂਦਾ ਹੈ। ਉਹਨੂੰ ਪਹਿਲਾਂ ਰਾਸ਼ਟਰੀ ਮਹਿਲ ਕਹਿੰਦੇ ਸੀ, ਹੁਣ ਉਹਨੂੰ ਰਾਸ਼ਟਰੀ ਭਵਨ ਕਹਿੰਦੇ। ਕੀ ਕਹਿੰਦੇ? ਉਹਦੇ ਵਿੱਚ ਉਹਦੇ ਰਾਜੇ ਵਾਸਤੇ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਨੇ, ਨੌਕਰ ਚਾਕਰ ਅੱਗੇ ਪਿੱਛੇ ਗੱਡੀਆਂ ਸਾਧਨ ਸਾਰਾ ਕੁਛ ਹੁੰਦਾ, ਜੋ ਚਾਹੇ ਉਹਨੂੰ ਉੱਥੇ ਦਿੱਤਾ ਜਾਵੇ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਮਨ ਬੱਚੇ ਵਾਸਤੇ ਇੱਕ ਮਹਿਲ ਬਣਾਇਆ, ਅਤੇ ਜਦੋਂ ਮਨ ਬੱਚਾ ਇੱਧਰ ਆਉਂਦਾ ਅਤੇ ਉਹ ਭੁੱਲ ਜਾਂਦਾ ਵੀ ਮੇਰੇ ਪਿਤਾ ਨੇ ਮੈਨੂੰ ਮਹਿਲ ਬਣਾ ਕੇ ਦਿੱਤਾ। ਲੇਕਿਨ ਮਾਲਕ ਫਿਰ ਕਹਿੰਦਾ, ਕਹਿੰਦਾ ਪੁੱਤ ਤੂੰ ਮਹਿਲ ਵਿੱਚ ਆ ਜਾ ਅਤੇ ਤੂੰ ਸਦਾ ਸੁੱਖ ਰਹਿ, ਸੁਖੀ ਰਹਿ, ਤੇਰਾ ਆਵਾਗਾਉਣ ਮਿਟ ਜਾਏਗਾ ਜੇ ਤੂੰ ਮਹਿਲ ਵਿੱਚ ਆ ਜਾਏਗਾ। ਲੇਕਿਨ ਆਪਾਂ ਸਾਰੇ ਮਹਿਲ ਨੂੰ ਜਾਣ ਦਾ ਰਸਤਾ ਭੁੱਲ ਗਏ। ਕੌਣ? ਸਾਡੇ ਮਨ। ਉਹ ਮਹਿਲ ਬਾਰੇ ਤੁਸੀਂ ਰੋਜ਼ ਗੁਰਬਾਣੀ ਵਿੱਚ ਪੜ੍ਹਦੇ ਹੋ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬਹੁਰ ਨਾ ਹੋਏ ਗੋ ਫਿਰ। ਨਿੱਜ ਘਰ ਮਹਿਲ, ਉਹ ਨਿੱਜ ਮਹਿਲ ਬਣਾ ਕੇ ਦਿੱਤਾ, ਨਿੱਜ ਮਤਲਬ ਕਿ ਸਪੈਸ਼ਲ ਆਪਦਾ ਆਪਾਂ ਨੂੰ ਸਾਰਿਆਂ ਨੂੰ ਬਣਾ ਕੇ ਦਿੱਤਾ। ਅਤੇ ਗੁਰਮੁਖੋ ਨਿੱਜ ਮਹਿਲ ਕਿੱਥੇ ਆ? ਇੱਥੇ। ਅੱਗੇ ਤਾਂ ਇਸ਼ਾਰਾ ਕਰਦੇ ਸੀ, ਅਸੀਂ ਤਾਂ ਹੁਣ ਕਈ ਵਾਰੀ ਇਸ਼ਾਰਾ ਕਰਦੇ ਵੀ ਚੰਗੀ ਤਰ੍ਹਾਂ ਸਮਝ ਲਓ ਕਿਉਂਕਿ ਗਾਂਹ ਤੁਹਾਨੂੰ ਦੱਸਣਾ ਸੌਖਾ ਜੀ। ਆਹ ਵਾ ਮੈਂ, ਠੀਕ ਹੈ ਜੀ, ਨਿੱਜ ਮੈਂ, ਕਿਉਂਕਿ ਸਰੀਰ ਇੱਥੋਂ ਸ਼ੁਰੂ ਹੋ ਗਿਆ ਨਾ, ਜਿੱਥੋਂ ਮੈਂ ਸਰੀਰ ਸ਼ੁਰੂ ਹੋ ਗਿਆ ਆਇਆ ਪਾਠ ਜਿਹੜਾ ਇਹ ਮਹਿਲ ਦਾ ਪਾਠ। ਇਦੋਂ ਮਨ ਇੱਥੇ ਆ, ਮਨ ਇਦੋਂ ਥੱਲੇ ਤਾਂ ਵਿਚਾਰਾਂ 'ਚ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਸੂਖਮ ਵਿਚਾਰਾਂ 'ਚ ਖਿਆਲਾਂ 'ਚ ਸੋਚਾਂ ਦੇ ਵਿੱਚ ਤੁਰਿਆ ਫਿਰ। ਲੇਕਿਨ ਗੁਰਮੁਖ ਪਿਆਰਿਓ, ਜੇ ਹੁਣ ਇਹ ਮਹਿਲ 'ਚ ਜਾਏਗਾ ਤਾਂ ਸੁੱਖ ਸਹੂਲਤਾਂ ਪ੍ਰਾਪਤ ਕਰੇਗਾ। ਹੁਣ ਮਹਿਲ ਦੇ ਵਿੱਚ ਤਾਂ ਰਸਤਾ ਭੁੱਲ ਗਿਆ, ਇੱਧਰ ਜਦੋਂ ਆਇਆ ਕਾਲ ਦਾ ਜ਼ੋਰ ਪੈ ਗਿਆ ਅਤੇ ਰਸਤੇ ਨੂੰ ਭੁੱਲ ਗਿਆ, ਭੁਲਾ ਦਿੱਤਾ ਗਿਆ। ਫਿਰ ਅੱਗੇ ਦੱਸਦੇ ਨੇ, ਕਹਿੰਦੇ ਮਾਲਕ ਨੇ ਨਿੱਜ ਮਹਿਲ ਵਾਸਤੇ, ਜਿਵੇਂ ਆਪਣੇ ਬੱਚੇ ਆ ਜੀ, ਆਪਣੇ ਬੱਚੇ ਨੇ, ਆਪਾਂ ਆਪਣੇ ਬੱਚਿਆਂ ਨੂੰ ਸਾਰਾ ਕੁਝ ਸੌਂਪ ਦਿੰਦੇ ਹਾਂ, ਜੋ ਆਪਣੇ ਕੋਲ ਪ੍ਰੋਪਰਟੀ ਹੁੰਦੀ ਹੈ, ਘਰ ਬਾਰ ਹੁੰਦਾ, ਆਪਾਂ ਸਾਰਾ ਕੁਛ ਸੌਂਪ ਦਿੰਦੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਜੋ ਸੀ ਉਹ ਸਾਰਾ ਹੀ ਉਹਨੇ ਆਪਣੇ ਬੱਚਿਆਂ ਨੂੰ ਸਾਡੇ ਮਨਾਂ ਨੂੰ ਦੇ ਦਿੱਤਾ, ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ। ਲੇਕਿਨ ਉਹ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਕਿਹਨੂੰ ਨੇ? ਮਨ ਨੂੰ। ਅਤੇ ਕਦੋਂ ਮਿਲਦੀਆਂ ਨੇ? ਜਦੋਂ ਮਨ ਨੂੰ ਨਾਮ ਮਾਲਕ ਦੇ ਦਿੰਦਾ, ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸਮਝ ਲਓ ਉਹਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਗਈ, ਕਿਉਂਕਿ ਸੁੱਖ ਸਹੂਲਤਾਂ ਹੈ ਹੀ ਨਾਮ ਦੇ ਮਤਹਿਤ। ਆਪਾਂ ਬਾਣੀ 'ਚ ਪੜ੍ਹਦੇ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਕੱਲ ਦਾਤੀ ਠਾਂਡਾ ਹਰ ਨਾ, ਦੁੱਖ ਭੰਜਨ ਤੇਰਾ ਨਾਮ। ਹੁਣ ਉਹ ਜੋ ਨਾਮ ਹੈ ਉਹ ਵੀ ਅਦਿੱਖ, ਉਹ ਵੀ ਕੀ ਹੈ ਜੀ? ਅਦਿੱਖ, ਸਾਰਾ ਖੇਲ ਹੀ ਅਦਿੱਖ, ਨਾਮ ਵੀ ਨਹੀਂ ਦਿਸਦਾ, ਸਿਰਫ ਸੁਣਦਾ। ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਮਨ ਜੀਵੈ ਨਾਮ ਸੁਣ ਤੇਰਾ, ਮਨ ਕਹਿੰਦੇ ਤਾਂ ਜਿਉਂਦਾ ਜੇ ਤੇਰਾ ਨਾਮ, ਮਾਲਕ ਦੀ ਆਵਾਜ਼ ਨੂੰ ਨਾਮ ਕਹਿੰਦੇ। ਉਹ ਆਵਾਜ਼ ਜੇ ਹੈ ਮਾਲਕ ਦੀ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ, ਉਹ ਨਾਮ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਗੁਰਬਾਣੀ 'ਚ ਕਲੀਅਰ ਕੀਤਾ ਗੁਰੂ ਮਹਾਰਾਜ ਨੇ, ਕਹਿੰਦੇ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਜਿਹੜਾ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣ। ਜਿਵੇਂ ਮਾਲਕ ਦਾ ਕੋਈ ਰੂਪ ਰੰਗ ਨਹੀਂ ਹੈ, ਇਸੇ ਤਰ੍ਹਾਂ ਨਾਮ ਦਾ ਵੀ ਕੋਈ ਰੂਪ ਰੰਗ ਨਹੀਂ। ਆਪਾਂ ਬਾਣੀ 'ਚ ਪੜ੍ਹਦੇ ਨਾ, ਰੂਪ ਨਾ ਰੇਖ ਨਾ ਰੰਗ ਕੇ ਛਿਪਰੈ ਗੁਣ ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਹੁਣ ਨਾਮ ਨੂੰ ਅਨਹਦ ਕਹਿੰਦੇ ਨੇ, ਕਹਿੰਦੇ ਤਿਸ ਰੂਪ ਨਾ ਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀ ਆ, ਕਿ ਉਹ ਅਨਹਦ ਦਾ ਸ਼ਬਦ ਦਾ ਵੀ ਕੋਈ ਰੂਪ ਰੇਖ ਨਹੀਂ ਹੈ, ਉਹ ਸਿਰਫ ਸੁਣ ਵਿੱਚ। ਉਹਨੂੰ ਆਪਾਂ ਸੁਣ ਸੁਣ ਕੇ ਮਾਲਕ ਦੇ ਕੋਲੇ ਪਹੁੰਚਣਾ, ਮਾਲਕ ਦੀ ਬੁੱਕਲ ਵਿੱਚ ਪਹੁੰਚਣਾ, ਉੱਥੇ ਸਾਨੂੰ ਸਦੀਵੀ ਸੁੱਖ ਮਿਲੇਗਾ ਮਾਲਕ ਕੋਲੇ ਜਾ। ਹੁਣ ਗੁਰਮੁਖ ਪਿਆਰੇ, ਉਹ ਜਿਹੜੀਆਂ ਸੁੱਖ ਸਹੂਲਤਾਂ ਨੇ ਜਿਹੜੀਆਂ ਨਾਮ ਦੇ ਮਿਲਣ 'ਤੇ ਮਿਲਣੀਆਂ ਨੇ, ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰਪਿਆ ਸਿੱਖ ਵਡਭਾਗੀ ਹੈ, ਉਹ ਕਿਹੜੀਆਂ ਕਿਹੜੀਆਂ ਨੇ? ਗੁਰਬਾਣੀ 'ਚ ਕਲੀਅਰ ਕੀਤਾ, ਜਿਹੜੀਆਂ ਮਨ ਰਾਜੇ ਨੂੰ ਨਿੱਜ ਮਹਿਲ ਵਿੱਚ ਮਾਲਕ ਨੇ ਦਿੱਤੀਆਂ ਨੇ ਕਿ ਪੁੱਤ ਮਹਿਲ 'ਚ ਆ ਅਤੇ ਇਹ ਲੈ। ਹੁਣ ਮਨ ਮਹਿਲ 'ਚ ਜਾਊਗਾ ਅਤੇ ਲਊਗਾ, ਜੇ ਹੁਣ ਮਹਿਲ 'ਚ ਪ੍ਰਵੇਸ਼ ਹੀ ਨਹੀਂ ਹੋਊਗਾ ਤਾਂ ਸੁੱਖ ਸਹੂਲਤਾਂ ਕਿੱਥੋਂ ਮਾਣੇਗਾ? ਉਹ ਸੁੱਖ ਸਹੂਲਤਾਂ ਦਾ ਵੇਰਵਾ ਫਿਰ ਗੁਰਬਾਣੀ 'ਚ ਦਿੱਤਾ,
ਕੀ ਵੇਰਵਾ ਦਿੱਤਾ? ਸੁੱਖ ਸਹੂਲਤ ਨੂੰ ਕਹਿੰਦੇ ਨੇ ਸੁੱਖ ਸਾਗਰ। ਕੀ ਕਹਿੰਦੇ ਨੇ ਜੀ? ਸੁੱਖ ਸਾਗਰ। ਅੱਗੇ ਸ਼ੁਰੂ ਹੋ ਗਿਆ, ਕਹਿੰਦੇ ਸੁੱਖ ਸਾਗਰ ਸੁਰਤਰ। ਸੁਰਤਰ ਦਾ ਮਤਲਬ ਇੱਕ ਦਰਖਤ ਦਾ ਨਾਂ ਹੈ। ਜੇ ਮਨ ਦੀ ਇੱਛਾ ਹੈ ਕਿ ਮੈਂ ਮਹਿਲ ਚੋਂ ਬਾਹਰ ਨਹੀਂ ਜਾਣਾ, ਮੈਨੂੰ ਕੋਈ ਫਲ ਚਾਹੀਦਾ, ਤਾਂ ਉਹ ਦਰਖਤ ਦਾ ਪ੍ਰਬੰਧ ਕਰ ਦਿੱਤਾ ਵੀ ਇਹਨੂੰ ਮਹਿਲ ਚੋਂ ਹੀ ਪ੍ਰਾਪਤ ਕੋਈ ਵੀ ਫਲ ਦੇ। ਸੁੱਖ ਸਾਗਰ ਸੁਰਤਰ ਚਿੰਤਾ ਮਨ, ਚਿੰਤਾ ਮਨੀ ਦਾ ਪ੍ਰਬੰਧ ਕਰ ਦਿੱਤਾ ਵੀ ਮਨ ਰਾਜੇ ਨੂੰ ਬਾਹਰ ਨਾ ਜਾਣਾ ਪਏ, ਇਹ ਆਪ ਵੀ ਚਿੰਤਾ ਤੋਂ ਰਹਿਤ ਰਹੇ ਅਤੇ ਆਪਦੀ ਪਰਜਾ ਨੂੰ ਵੀ ਅਚਿੰਤ ਅਵਸਥਾ ਵਿੱਚ ਰਹੇ। ਚਿੰਤਾ ਸਮਝੋ ਕਿਹਨੂੰ ਕਹਿੰਦੇ? ਜਦੋਂ ਕੋਈ ਆਪਾਂ ਨੂੰ ਫਿਕਰ ਲੱਗ ਜਾਂਦਾ, ਸੰਸਾ ਲੱਗ ਜਾਂਦਾ, ਟੈਨਸ਼ਨ ਪੈ ਜਾਂਦੀ, ਉਹਨੂੰ ਚਿੰਤਾ ਕਹਿੰਦੇ। ਚਿੰਤਾ ਚਿਖਾ ਬਰਾ ਵੀ ਉਹ ਚਿੰਤਾ ਮਨੀ ਰੱਖ ਦਿੱਤੀ, ਪ੍ਰਬੰਧ ਕਰ ਦਿੱਤਾ ਵੀ ਇਹਨੂੰ ਮਹਿਲ ਚੋਂ ਬਾਹਰ ਨਾ ਜਾਣਾ ਪਵੇ, ਇਹ ਆਪ ਵੀ ਸੁਖੀ ਰਹੇ ਅਤੇ ਪਰਜਾ ਨੂੰ ਵੀ ਸੁਖੀ। ਸੁੱਖ ਸਾਗਰ ਸੁਰਤਾਰ ਚਿੰਤਾ ਮਨ ਕਾਮ ਧੇਨ, ਕਾਮ ਧੇਨ ਦਾ ਪ੍ਰਬੰਧ ਕਰ ਦਿੱਤਾ ਵੀ ਮਨ ਰਾਜੇ ਨੂੰ ਨਿੱਜ ਮਹਿਲ ਚੋਂ ਬਾਹਰ ਨਾ ਜਾਣਾ ਪਵੇ। ਅਤੇ ਕਾਮ ਧੇਨ ਆਮ ਤੌਰ 'ਤੇ ਆਪਾਂ ਗਊ ਨੂੰ ਕਹਿੰਦੇ ਹਾਂ। ਕਿਹਨੂੰ ਕਹਿੰਦੇ ਨੇ? ਗਊ ਨੂੰ ਕਹਿੰਦੇ। ਵੀ ਜੇ ਇਹਨੂੰ ਕੋਈ ਪਦਾਰਥ ਚਾਹੀਦਾ, 36 ਪਦਾਰਥ ਨੇ, ਕੋਈ ਪਦਾਰਥ ਚਾਹੀਦਾ ਇਹਨੂੰ ਉਹਦੇ ਤੋਂ ਮਿਲ ਜਾਵੇ। ਕਾਮ ਧੇਨ ਵਸ ਜਾ ਕੇ, ਫਿਰ ਅੱਗੇ ਕੀ ਕਹਿੰਦੇ? ਜੇ ਮਨ ਦੀ ਇੱਛਾ ਹੈ ਵੀ ਇਹਨੇ ਉਹ ਚਾਰ ਪਦਾਰਥ ਲੈਣੇ ਨੇ, ਚਾਰ ਪਦਾਰਥ ਲੈਣੇ ਨੇ, ਉਹ ਵੀ ਨਿੱਜ ਮਹਿਲ ਵਿੱਚ ਰੱਖ ਲਏ। ਮਹਾਰਾਜ ਕਹਿੰਦੇ ਸੁੱਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਵਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ। ਅਸ਼ਟ ਮਲਗੀ ਸਿੱਧੀ ਦਾ ਪ੍ਰਬੰਧ ਕਰ ਦਿੱਤਾ ਵੀ ਜੇ ਮਨ ਰਾਜੇ ਨੇ ਅੱਠਾਂ ਦਿਸ਼ਾਵਾਂ ਦੀ ਸੈਰ ਕਰਨੀ ਤਾਂ ਉਹ ਵੀ ਉਹ ਨਿੱਜ ਮਹਿਲ 'ਚ ਕਰ ਸਕਦਾ। ਜੇ ਦਸਾਂ ਦਿਸ਼ਾਵਾਂ ਦੀ ਸੈਰ ਕਰਨੀ ਆ ਤਾਂ ਉਹ ਵੀ ਮਹਿਲ ਵਿੱਚ ਹੀ ਕਰ ਸਕਦੇ। ਆ ਮਹਿਲ, ਠੀਕ ਹੈ ਜੀ, ਬਹੁਤ ਵੱਡਾ। ਪਿੱਛੇ ਆਪਾਂ ਵਿਚਾਰ ਕੀਤੀ ਸੀ, ਇੱਥੇ ਲੋਕ ਆਪਸ 'ਚ ਲੜਦੇ ਆ ਜੀ, ਆਹ ਪਲਾਟ 'ਤੇ ਕਬਜ਼ਾ ਕਰ ਲਿਆ ਜੀ, ਜ਼ਮੀਨ 'ਤੇ ਵੱਧ ਪਿੱਛੇ, ਕੰਧ ਪਿੱਛੇ। ਮਹਾਰਾਜ ਕਹਿੰਦੇ ਪੁੱਤ ਇੱਥੇ ਆਓ, ਬੜਾ ਇਲਾਕਾ ਖੁੱਲ੍ਹਾ, ਜਿੰਨਾ ਮਰਜ਼ੀ ਕਬਜ਼ਾ ਕਰ ਲਓ। ਆਓ ਤਾਂ ਸਹੀ। ਭਾਈ ਗੁਰਦਾਸ ਜੀ ਕਹਿੰਦੇ ਉੱਥੇ ਕੋਈ ਜਾਂਦਾ ਹੀ ਨਹੀਂ, ਉਹ ਤਾਂ ਸੁੰਨ ਮੁੰਨ ਨਗਰੀ ਪਈ, ਸੁੰਨੀ ਪਈ ਨਗਰੀ, ਸੱਚਖੰਡ ਦਰਗਾਹ ਪ੍ਰਲੋਕ ਨੂੰ ਨਗਰੀ 'ਚ ਸੁੰਨੀ ਪਈ। ਕਹਿੰਦੇ ਕੋਈ ਆਉਂਦਾ ਹੀ ਨਹੀਂ, ਮਾਲਕ ਮਾਲਕ ਕੋਲੇ ਬਹੁਤ ਘੱਟ ਗੁਰਮੁਖੇ ਨੇ। ਜਿਹੜੇ ਗਏ ਨੇ ਮਨ ਬੱਚੇ ਉਹ ਪਾਰਦਰਸ਼ੀ ਬਣ ਗਏ, ਅਤੇ ਉਹ ਵੀ ਉੱਥੇ ਜਾ ਕੇ ਕੀ ਬਣ ਗਏ ਜੀ? ਦਰਸ਼ਕ ਬਣ ਗਏ।